ਅਸੀਂ ਤਾਂ ਚਲੋ ਅਸੀਂ ਪੰਜਾਬੀ ਅਸੀਂ ਅਕਤਵਾਦੀ ਹਾਂ ਮੁਸਲਮਾਨ ਇਸਾਈ ਸਾਰੇ ਅਕਤਵਾਦੀ ਹੋ ਗਏ ਇੱਥੇ ਬੈਠੇ ਜਿਹੜੇ ਉਲੀ ਬੱਚੀ ਹੋ ਕੇ ਤੈਨੂੰ ਕੀ ਨੁਕਸਾਨ ਹੈ ਜਗਰੋ ਖੇਤੀ ਖੋਈ ਜਾਂਦੀ ਹੈ ਜਿੱਦਾਂ ਅੰਬਾਨੀ ਅਡਾਨੀ ਸਾਡੇ ਤੋਂ ਖੋ ਲੈਣਗੇ ਤਾਂ ਫਿਰ ਅਸੀਂ ਨਾ ਤਾਂ ਸਾਡੀਆਂ ਜ਼ਮੀਨਾਂ ਚਲੀਆਂ ਜਾਣਗੀਆਂ ਅਸੀਂ ਫੀਸਾਂ ਨਹੀਂ ਭਰਨ ਜੋਗੇ ਤਾਂ ਫਿਰ ਇਸ ਨਾਲੇ ਸਾਨੂੰ ਬਹੁਤ ਨੁਕਸਾਨ ਹੋਊਗਾ ਬੜ ਕਮਾਲ ਦੀ ਗੱਲ ਹੈ ਕਿ ਇਸ ਕੁੜੀ ਦਾ ਨਾਮ ਆਰਸ਼ਦੀਪ ਕੌਰ ਹੈ ਔਰ ਮੈਂ ਉਮੀਦ ਨਹੀਂ ਕਰਦਾ ਸੀ ਸਟਾਰਟਿੰਗ ਤੋਂ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਔਖੇ ਸਵਾਲ ਨਹੀਂ ਪੁੱਛੂੰਗਾ ਪਰ ਇਸ ਕੁੜੀ ਨੇ ਤਿੰਨੇ ਬਿੱਲ ਗਿਣਾਤੇ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੋਵੇ ਪਰ ਜਦੋਂ ਹੁਣ ਅੰਨਦਾਤਾ ਦੀ ਜ਼ਮੀਨ ਦਾ ਸਵਾਲ ਆ ਗਿਆ ਇੰਨਾ ਜ਼ਿਆਦਾ ਮਤਲਬ ਕਿਸਾਨ ਹੀ ਖਤਮ ਹੋ ਸਕਦਾ ਇਸ ਤਰ੍ਹਾਂ ਨਾਲ ਦੇਸ਼ ਖਤਮ ਹੋ ਸਕਦਾ ਹੈ ਇਸ ਕਰਕੇ ਇੱਥੇ ਪਹੁੰਚਣਾ ਸਾਡਾ ਬਹੁਤ ਜ਼ਰੂਰੀ ਸੀ ਟੀਚਰਸ ਨੂੰ ਤੁਸੀਂ ਕਿਹਾ ਸੀ ਕਿ ਟੀਚਰਸ ਨੇ ਤੁਹਾਨੂੰ ਧੱਕੇ ਨਾਲ ਲੈ ਕੇ ਆਏ ਨਹੀਂ ਅਸੀਂ ਖੁਦ ਕਿਹਾ ਸੀ ਟੀਚਰ ਨੂੰ ਕਿ ਸਾਨੂੰ ਦਿੱਲੀ ਲੈ ਕੇ ਚੱਲੋ ਤਾਂ ਟੀਚਰ ਸਾਡੀ ਪਹਿਲੀ ਰਿਕੁਐਸਟ ਤੇ ਮੰਨ ਗਏ ਸੀ ਸਾਰਾ ਪੰਜਾਬ ਜਾਗਰੂਕ ਹੈ ਕਹਿੰਦੇ ਹੁੰਦੇ ਜਾਗਰੂਕਤਾ ਸਕੂਲਾਂ ਦੇ ਵਿੱਚੋਂ ਪੈਦਾ ਹੁੰਦੀ ਹੈ ਕਹਿੰਦੇ ਹੁੰਦੇ ਆ ਵੀ ਸਾਡਾ ਬੇਸ ਸਕੂਲਾਂ 'ਚੋਂ ਬਣਦਾ ਜਿੱਥੇ ਇਹਨਾਂ ਬੱਚਿਆਂ ਦਾ ਸਕੂਲਾਂ ਦੇ ਵਿੱਚ ਖੇਡਾਂ ਖੇਡਣ ਦਾ ਸਮਾਂ ਹੈ ਜਿੱਥੇ ਇਹਨਾਂ ਬੱਚਿਆਂ ਦਾ ਸਕੂਲਾਂ ਦੇ ਵਿੱਚ ਪੜ੍ਹਾਈ ਕਰਨ ਦਾ ਸਮਾਂ ਹੈ ਜਿੱਥੇ ਇਹਨਾਂ ਬੱਚਿਆਂ ਦਾ ਇਹਨਾਂ ਕੁੜੀਆਂ ਦਾ ਸਕੂਲਾਂ ਦੇ ਵਿੱਚ ਫੰਕਸ਼ਨਾਂ ਦੇ ਗਿੱਧਾ ਪਾਉਣ ਦਾ ਸਮਾਂ ਹੈ ਉਸ ਸਮੇਂ ਦੇ ਵਿੱਚ ਇਹ ਇੱਥੇ ਸਟੇਜਾਂ ਦੇ ਕੋਲੇ ਬੈਠੀਆਂ ਨੇ ਉਸ ਸਮੇਂ ਦੇ ਵਿੱਚ ਇਹ ਕੁੜੀਆਂ ਹਾਈਵੇ ਤੇ ਬੈਠੀਆਂ ਨੇ ਸੰਘਰਸ਼ਾਂ ਤੇ ਬੈਠੀਆਂ ਨੇ ਆਪਣੇ ਮਾਂ ਬਾਪ ਦੇ ਲਈ ਹੱਕਾਂ ਦੇ ਲਈ ਬੈਠੀਆਂ ਨੇ ਜਿੱਥੇ ਇਹਨਾਂ ਦੇ ਮਾਂ ਬਾਪ ਨੇ ਫੀਸਾਂ ਕੱਢ ਕੇ ਦੇਣੀਆਂ ਉਹ ਹੱਕਾਂ ਦੇ ਲਈ ਕੁੜੀਆਂ ਬੈਠੀਆਂ ਨੇ ਹੌਲੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੇ ਜ਼ਿਲ੍ਹੇ ਦੇ ਵਿੱਚ ਕਿਸ਼ਨਗੜ੍ਹ ਤੋਂ ਇਹ ਬੱਚੀਆਂ ਆਈਆਂ ਨੇ ਬੜੀਆਂ ਪਿਆਰੀਆਂ ਲੱਗ ਰਹੀਆਂ ਨੇ ਇੱਥੇ ਪਰ ਬੈਠਣਾ ਸਾਡੇ ਵਾਸਤੇ ਇੱਥੇ ਚੰਗੀ ਖਬਰ ਵੀ ਹੈ ਵੀ ਸਾਡੀਆਂ ਕੁੜੀਆਂ ਵੀ ਆਈਆਂ ਨੇ ਮਾੜੀ ਖਬਰ ਵੀ ਹੈ ਵੀ ਸਾਡੀਆਂ ਕੁੜੀਆਂ ਨੂੰ ਬੈਠਣਾ ਪੈ ਰਿਹਾ ਪੰਜਾਬ ਵਿਦਿਆਰਥੀ ਆਏ ਨੇ ਨਾਲ ਟੀਚਰ ਸਾਹਿਬਾਨ ਵੀ ਨੇ ਟੀਚਰ ਫੀਮੇਲ ਮੇਲ ਦੋਨੋਂ ਆਏ ਨੇ ਔਰ ਇਹਨਾਂ ਦਾ ਜਜ਼ਬਾ ਵੀ ਸਲਾਮ ਹੈ ਕਿ ਬੱਚੀਆਂ ਨੂੰ ਲੈ ਕੇ ਆਏ ਨੇ ਬੱਚੀਆਂ ਦਾ ਜਜ਼ਬਾ ਸਲਾਮ ਹੈ ਵੀ ਬੱਚੀਆਂ ਆਉਣ ਲਈ ਤਿਆਰ ਹੋਈਆਂ ਨੇ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਟੀਚਰਾਂ ਨੇ ਤੁਹਾਨੂੰ ਕਿਹਾ ਸੀ ਕਿ ਤੁਸੀਂ ਕਿਹਾ ਸੀ ਟੀਚਰ ਨੂੰ ਜ਼ਰੂਰ ਵੀ ਸਾਡਾ ਦਿਲ ਕਰਦਾ ਜਾਣ ਨੂੰ ਅਸੀਂ ਕਿਹਾ ਸੀ ਟੀਚਰ ਕਹਿੰਦੇ ਲੈ ਚੱਲਾਂਗੇ ਪਹਿਲੀ ਵਾਰ 'ਚ ਟੀਚਰ ਮੰਨ ਗਏ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਐਸਾ ਕੁਝ ਚੱਲ ਰਿਹਾ ਸਾਡੇ ਪੇਰੈਂਟਸ ਵੀ ਆਉਂਦੇ ਨੇ ਅੱਛਾ ਹਾਂਜੀ ਅੱਛਾ ਗੁੜੀ ਕਿਉਂ ਜੀ ਕਰ ਕਿਉਂ ਲੱਗਦਾ ਤੈਨੂੰ ਵੀ ਤੇਰਾ ਵੀ ਇੱਥੇ ਆਉਣਾ ਬਣਦਾ ਤੇਰੇ ਪੇਰੈਂਟਸ ਨੂੰ ਕੀ ਘੱਟ ਹੈ ਜਿਹੜਾ ਇੱਥੇ ਹੋ ਸਾਡੇ ਫਾਦਰ ਵੀ ਖੇਤੀ ਉਹ ਕਰਦੇ ਨੇ ਫਾਰਮਰ ਨੇ ਹਾਂ ਓਕੇ ਉਸ ਖੇਤੀ ਅਗਰ ਉਹ ਖੇਤੀ ਖੋਈ ਜਾਂਦੀ ਹੈ ਤਾਂ ਕੀ ਨੁਕਸਾਨ ਹੈ ਮਤਲਬ ਸਕੂਲੀ ਬੱਚੀ ਹੋ ਕੇ ਤੈਨੂੰ ਕੀ ਨੁਕਸਾਨ ਹੈ ਜੇਕਰ ਉਹ ਖੇਤੀ ਖੋਈ ਜਾਂਦੀ ਹੈ ਜਿੱਦਾਂ ਅੰਬਾਨੀ ਅਡਾਨੀ ਸਾਡੇ ਤੋਂ ਖੋ ਲੈਣਗੇ ਤਾਂ ਬਸ ਕੀ ਨੁਕਸਾਨ ਹੈ ਫਿਰ ਅਸੀਂ ਨਾ ਤਾਂ ਸਾਡੀਆਂ ਜ਼ਮੀਨਾਂ ਚਲੀਆਂ ਜਾਣਗੀਆਂ ਅਸੀਂ ਫੀਸਾਂ ਨਹੀਂ ਭਰਨ ਜੋਗੇ ਤਾਂ ਫਿਰ ਇਸ ਨਾਲੇ ਸਾਨੂੰ ਬਹੁਤ ਨੁਕਸਾਨ ਹੋਊਗਾ ਕਿਉਂਕਿ ਕੀ ਲੱਗਦਾ ਵੀ ਜਿਹੜੇ ਇੱਥੇ ਜਦ ਤੁਸੀਂ ਆਏ ਹੋ ਇੱਥੇ ਸਾਰੇ ਜਾਣੇ ਤਾਂ ਇੰਨਾ ਇਕੱਠ ਹੈ ਇੰਨੀਆਂ ਕੁੜੀਆਂ ਇੱਥੇ ਆਈਆਂ ਕਦੇ ਪਹਿਲਾਂ ਜ਼ਿੰਦਗੀ ਵੈਸੇ ਤੁਹਾਡੀ ਉਮਰ ਤਾਂ ਬਹੁਤ ਛੋਟੀ ਹੈ ਪਰ ਪਹਿਲਾਂ ਕਦੇ ਇਹੋ ਜਿਹੇ ਸੰਘਰਸ਼ ਗਈਆਂ ਨਾ ਅਸੀਂ ਕਦੇ ਵੀ ਇੱਦਾਂ ਦਾ ਅੰਦੋਲਨ ਨਹੀਂ ਦੇਖਿਆ ਜਿਹੜਾ ਅਸੀਂ ਅੱਜ ਇੱਥੇ ਦੇਖ ਰਹੇ ਹਾਂ ਸਿੰਘੂ ਬਾਰਡਰ ਤੇ ਦਿੱਲੀ ਇੱਥੇ ਸਿੰਘੂ ਬਾਰਡਰ ਤੇ ਜਿਸ ਤਰ੍ਹਾਂ ਸਾਹਮਣੇ ਸਟੇਜ ਦੇ ਬਿਲਕੁਲ ਸਾਹਮਣੇ ਤੁਸੀਂ ਬੈਠੀਆਂ ਹੋ ਸਟੇਜ ਤੇ ਜੋ ਚੀਜ਼ਾਂ ਬੋਲਦੇ ਨੇ ਉਹਨਾਂ ਦਾ ਅਸਰ ਹੁੰਦਾ ਜੋਸ਼ ਪੈਦਾ ਹੁੰਦਾ ਯੈਸ ਯੈਸ ਸਰ ਸਾਡੇ ਤੇ ਬਹੁਤ ਅਸਰ ਹੁੰਦਾ ਇੱਥੇ ਜੋ ਬੋਲਦੇ ਨੇ ਬਹੁਤ ਸਹੀ ਸਾਡੇ ਕਿਸਾਨਾਂ ਦੇ ਹੱਕ ਵਿੱਚ ਬੋਲਿਆ ਜਾ ਰਿਹਾ ਹੈ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਇੰਨੇ ਜਜ਼ਬੇ ਵਾਲੇ ਕਿਸਾਨ ਨੇ ਇੰਨਾ ਉੱਚੀ ਇੱਥੇ ਐਡਾ ਇਕੱਠ ਹੈ ਸਾਰੇ ਲੋਕ ਅੰਬਾਨੀ ਦਾ ਵਿਰੋਧ ਅੰਬਾਨੀ ਅਡਾਨੀ ਦਾ ਵਿਰੋਧ ਕਰ ਰਹੇ ਨੇ ਮੋਦੀ ਦਾ ਵਿਰੋਧ ਕਰ ਰਹੇ ਨੇ ਵੀ ਇਹ ਜਿੱਤ ਕੇ ਮੁੜਨਗੇ ਯੈਸ ਅਸੀਂ ਆਪਣੇ ਹੱਕ ਲੈ ਕੇ ਵਾਪਸ ਆਵਾਂਗੇ ਅਸੀਂ ਜਿੱਤਾਂਗੇ ਜੀ ਤੇ ਇੱਥੇ ਆਉਣ ਲਈ ਤੁਸੀਂ ਟੀਚਰਸ ਨੂੰ ਤੁਸੀਂ ਕਿਹਾ ਸੀ ਕਿ ਤੁਸੀਂ ਖੁਦ ਆਏ ਹੋ ਟੀਚਰਸ ਨੂੰ ਤੁਸੀਂ ਕਿਹਾ ਸੀ ਕਿ ਟੀਚਰਸ ਨੇ ਤੁਹਾਨੂੰ ਧੱਕੇ ਨਾਲ ਲੈ ਕੇ ਆਏ ਨਹੀਂ ਅਸੀਂ ਖੁਦ ਕਿਹਾ ਸੀ ਟੀਚਰ ਨੂੰ ਕਿ ਸਾਨੂੰ ਦਿੱਲੀ ਲੈ ਕੇ ਚੱਲੋ ਤਾਂ ਟੀਚਰ ਸਾਡੀ ਪਹਿਲੀ ਰਿਕੁਐਸਟ ਤੇ ਮੰਨ ਗਏ ਸੀ ਕਿਉਂ ਦਿਲ ਕਰਦਾ ਸੀ ਇੱਥੇ ਆਉਣ ਲਈ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਲਈ ਕਿਸਾਨਾਂ ਦੀ ਸਪੋਰਟ ਕਰਨ ਲਈ ਕਿਸਾਨ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਤਾਂ ਕਰਕੇ ਸਾਡਾ ਇੱਥੇ ਆਉਣ ਨੂੰ ਦਿਲ ਕਰਦਾ ਕੀ ਕਰਦੇ ਕੀ ਨਾਮ ਹੈ ਗੁੜੀਆ ਤੇਰਾ ਅਰਸ਼ਦੀਪ ਕੀ ਕਰਦੇ ਨੇ ਫਾਦਰ ਸਾਹਿਬ ਤੁਹਾਡੇ ਫਾਰਮਰ ਅੱਛਾ ਕਿਸਾਨ ਨੇ ਤੁਹਾਨੂੰ ਪਤਾ ਵੀ ਕਿਸਾਨੀ ਦੇ ਇਹਨਾਂ ਬਿੱਲਾਂ ਨਾਲ ਕਿਸਾਨੀ ਦਾ ਕਿੰਨਾ ਕੁ ਨੁਕਸਾਨ ਹੋਊਗਾ ਹਾਂਜੀ ਇਹ ਤਿੰਨ ਬਿੱਲ ਜਿਹੜੇ ਮੋਦੀ ਸਰਕਾਰ ਨੇ ਪਾਸ ਕੀਤੇ ਨੇ ਇਹਨਾਂ ਦਾ ਸਾਡੇ ਤੇ ਬਹੁਤ ਨੁਕਸਾਨ ਹੈ ਜਿਹੜਾ ਫਸਟ ਬਿੱਲ ਹੈ ਉਹ ਹੈਗਾ ਐਗਰੀਕਲਚਰ ਮਾਰਕੀਟ ਭਾਵ ਕਿ ਜਿਹੜੇ ਮਤਲਬ ਕਿਸਾਨ ਹੈ ਉਹ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਫਸਲ ਆਪਣੀ ਕਿਸੇ ਵੀ ਮੰਡੀ ਦੇ ਵਿੱਚ ਵੇਚ ਸਕਦਾ ਕਿਸਾਨ ਦਾ ਇਸ ਵਿੱਚ ਬਹੁਤ ਲੋਸ ਹੈ ਭਾਵ ਸਾਰਾ ਕੁਝ ਓਪਨ ਕਰਤਾ ਇਸ ਨਾਲ ਜਿਹੜਾ ਆੜ੍ਹਤੀਆ ਵਰਗ ਹੈ ਅਤੇ ਵਿਚੋਲਾ ਵਰਗ ਹੈ ਉਹਨੂੰ ਬਹੁਤ ਲੋਸ ਹੋਏਗਾ ਅਤੇ ਜਿਹੜਾ ਸਾਡਾ ਦੂਜਾ ਬਿੱਲ ਹੈ ਉਹ ਹੈ ਕੰਟਰੈਕਟਿੰਗ ਫਾਰਮਿੰਗ ਉਸ ਦੇ ਵਿੱਚ ਕੀ ਹੈ ਮੋਦੀ ਸਰਕਾਰ ਨੇ ਸਾਨੂੰ ਕੋਈ MSP ਨਹੀਂ ਦਿੱਤੀ MSP ਫਿਕਸ ਹੀ ਨਹੀਂ ਕਰੀ ਉਹਨਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਸਾਨੂੰ ਕੁਛ ਨਹੀਂ ਦਿੱਤਾ ਹੈਗਾ ਇਸ ਕਰਕੇ ਕਿਸਾਨਾਂ ਦੇ ਇਸ ਦੇ ਵਿੱਚ ਬਹੁਤ ਲੋਸ ਹੈ ਔਰ ਤੀਜਾ ਜਿਹੜਾ ਬਿੱਲ ਮੋਦੀ ਸਰਕਾਰ ਨੇ ਪਾਸ ਕੀਤਾ ਕਮੋਡਿਟੀਜ਼ ਉਸ ਦੇ ਵਿੱਚ ਕੀ ਹੈ ਜਮ੍ਹਾਂਖੋਰੀ ਭਾਵ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਸਾਡੀਆਂ ਫਸਲਾਂ ਸਟੋਰੇਜ ਕਰਕੇ ਰੱਖ ਲੇਗੀ ਬਾਅਦ ਵਿੱਚ ਉਹਨਾਂ ਨੂੰ ਹਾਈ ਰੇਟ 'ਤੇ ਵੇਚੇਗੀ ਇਸ ਵਿੱਚ ਕਿਸਾਨਾਂ ਦਾ ਬਹੁਤ ਲੋਸ ਹੋ ਜੂ ਕਮਾਲ ਦੀ ਗੱਲ ਹੈ ਕਿ ਇਸ ਕੁੜੀ ਦਾ ਨਾਮ ਆਰਸ਼ਦੀਪ ਕੌਰ ਹੈ ਔਰ ਮੈਂ ਉਮੀਦ ਨਹੀਂ ਕਰਦਾ ਸੀ ਸਟਾਰਟਿੰਗ ਤੋਂ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਔਖੇ ਸਵਾਲ ਨਹੀਂ ਪੁੱਛੂੰਗਾ
पर इस कुड़ी ने तिने बिल गिनाते शायद बहुत सारे लोगों ना पता हो पर बहुत अच्छी चंगी चेतना के नाल चंगे जज्बे के नाल कुड़ी इतने आई है तो साड़ी उम्मीद भी है भी अपने बाप के लिए जो लड़ाई करन आई है तो जित के जरूर जाएगी। इन्हों के टीचर्स के नाल गल करते हैं कि किवें लग्या जी बहुत सारे स्कूल ने जड़े आ सकते सी पर आए नहीं थोड़े मन दे विच किद्दां आया भी साडे बच्चों उत्थे जाना जरूरी है। ये देखो जी ये उन्होंने रिस्पोंसिबिलिटी है पर साडे ख्यालात दे विच भी सीगा पर बच्चे ने सानू परसनली तौर ते कहता सी कि सर दिल्ली लेके जाओ क्योंकि विंटर होलीडे चल रही है नेगियां ते असीं स्टाफ नाल गल कीती एक्चुअली वो सारे मतलब यस कहता कि बच्चे भी तैयार हो गए 50 लड़कियां साडे नाल जिहड़ियां आईयां नेगियां और असीं किसान दी हिमायत विच आए। तुहानू लगदा भी बतौर टीचर इत्थे संघर्ष इहो जिहा संघर्ष इहनां बच्चियां नूं सिखाउणा भी इक सिक्ख्या दा एक पार्ट है एजुकेशन का पार्ट है। देखो जी किसानी आ गई वो किसी ये बिलों के आधार पर संघर्ष नहीं कर रही इस तो पहला भी संघर्ष करती आ रही है सो ऑलरेडी जोड़े बच्चे ने गे ऑलरेडी सीखे हुए ने गे बस एक थोड़ा जो उन्होंने गाइड करना गा पर जो हूँ अन्नदातरी जमीन का संभाल आ गया इन्ना ज्यादा मतलब किसान की किसान ही खत्म हो सकता इस तरह ना देश खत्म हो सकता है इस करके इतने पहुँचना साडा बहुत जरूरी सी और असी दो दिन तो आए हैं कल आए हैं असं पहला टिकरी बार्डर से असी अज असी सिंघू बार्डर से पहुंचे कितने दिन होर रुकोगे साडा कल भी रुके अज भी इतने स्टे करने की संभावना है देखते हैं कल की मीटिंग दी हुई है किस की नतीजा निकलता सरकार वालों पर उम्मीद आ कि सरकार बहुत जल्द साड़ी जी हो सकता कल जी मसला जो सॉल्व हो जाएगा। जान का दिल करता वापस थोड़ा इतने रहने का दिल करता मानसा तो हाँ तुम कुड़ियाँ मानसा मनिया परमनिया है मानसे के किन्ने लोग पैदा हुए है जज्बे वाले लोग पैदा हुए साड़ी मानसे की धरती तो पंजाब की धरती तो तुम पंजाब दियाँ कुड़ियाँ हैं जो थोड़ा बैठना पै गया इतने लड़ना पै गया लड़ोगियाँ लड़ोगियाँ एक बार जयकारा लगा एक बार जयकारा ला के दसो जो बोले सो निहाल हाँ जी बच्चों किसाना तेरी हक कमाई तेरे नाल है हर माई भाई की कहना चाहते हो बच्चे तुसी इत्थे आए हो की लेके आए हो की है मन च ਸਾਡੇ ਮਨ ਬਹੁਤ ਕੁਛ ਹੈ ਜੀ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਜਿਹੜੇ ਆ ਤਿੰਨ ਖੇਤੀ ਕਾਨੂੰਨ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਇਹਨਾਂ ਨੂੰ ਕਿਸੇ ਦਾ ਫਾਇਦਾ ਨਹੀਂ ਹੈਗਾ ਮਤਲਬ ਜਿਹੜੇ ਆ ਕਾਨੂੰਨ ਹੈਗੇ ਬਿੱਲ ਆਫ ਐਗਰੀ ਮਾਰਕੀਟਿੰਗ ਇਹਦੇ ਵਿੱਚ ਜਿਹੜੇ ਕਿਸਾਨ ਆਪਣੀ ਮੰਡੀਆਂ ਤੋਂ ਮਤਲਬ ਬਾਹਰ ਜਾ ਕੇ ਮੰਡੀਆਂ ਓਪਨ ਮੰਡੀਆਂ ਕਰ ਦਿੱਤੀਆਂ ਗਈਆਂ ਨੇ ਇਹਨਾਂ ਬਹੁਤ ਨੁਕਸਾਨ ਆ ਕਿਉਂਕਿ ਸਾਡੇ ਜਿਹੜੇ ਆੜਤੀ ਵਰਗ ਖਤਮ ਹੋਇਆ ਐਮ ਐਸ ਪੀ ਖਤਮ ਹੋ ਚੁੱਕੀ ਹੈਗੀ ਅਤੇ ਸੈਕਿੰਡ ਕੰਟਰੈਕਟ ਫਾਰਮਿੰਗ ਇਹ 'ਚ ਮਤਲਬ ਇੱਕ ਨਾਲ ਦਾਮੇ ਦੀ ਖੇਤੀ ਕੀਤੀ ਜਾਵੇਗੀ ਇਹ 'ਚ ਮਤਲਬ ਕਿਸਾਨਾਂ ਦੀ ਖੜੀਆਂ ਫਸਲਾਂ ਦਾ ਮੁੱਲ ਵੀ ਪੈ ਸਕਦਾ ਹੈਗਾ ਅਤੇ ਮਤਲਬ ਜੇ ਪਹਿਲਾਂ ਜਿਹੜੀ ਸਰਕਾਰ ਆ ਉਹਨਾਂ ਨੂੰ ਬਹੁਤ ਸਾਰਾ ਮਤਲਬ ਪੈਸਾ ਲੱਗਦਾ ਵੀ ਜਿਹੜੀ ਕਮਾਈ ਸਾਨੂੰ ਆਉਣੀ ਆ ਉਹ ਸਾਰੀ ਅੰਬਾਨੀਆਂ ਡਾਨੀ ਲੈ ਜਾਣਗੇ। ਹਾਂਜੀ ਇਹਨਾਂ ਨੇ ਤਾਂ ਮਤਲਬ ਗੋਡਾਊਨਸ ਵੀ ਤਿਆਰ ਕਰ ਲਏ ਸੀ ਇੱਥੇ ਸਟੋਰ ਕਰਾਂਗੇ ਲੇਕਿਨ ਕਿਸਾਨ ਸਾਡੇ ਮਤਲਬ ਸਮਰਥਨ ਕਰ ਰਹੇ ਹੈਗੇ। ਅੱਛਾ ਬੱਚੇ ਸਰਕਾਰ ਜਿਹੜੇ ਆਪਣੇ ਵਿਰੋਧੀ ਨੇ ਕਿਸਾਨਾਂ ਦੇ ਵਿਰੋਧੀ ਨੇ ਉਹ ਕਹਿੰਦੇ ਨੇ ਵੀ ਇੱਥੇ ਅੱਤਵਾਦੀ ਘੁੰਮਦੇ ਨੇ ਤੁਸੀਂ ਆਏ ਹੋ ਪਰਸੋਂ ਚੌਥੇ ਦੇ ਇੱਥੇ ਅੱਤਵਾਦੀ ਦੇਖਿਆ ਕੋਈ ਉਹਨਾਂ ਨੇ ਤਾਂ ਕਹਿਣਾ ਹੀ ਸੀਗਾ ਜੋ ਕਿ ਉਹਨਾਂ ਨੂੰ ਮਤਲਬ ਜਿਹੜੇ ਅਸੀਂ ਤਾਂ ਚਲੋ ਅਸੀਂ ਪੰਜਾਬੀ ਅਸੀਂ ਅੱਤਵਾਦੀ ਹਾਂ ਮੁਸਲਮਾਨ ਈਸਾਈ ਸਾਰੇ ਅੱਤਵਾਦੀ ਹੋ ਗਏ ਇੱਥੇ ਬੈਠੇ ਜਿਹੜੇ ਧਰਮ ਦੇ ਲੜੇ ਸਾਰੇ ਅੱਤਵਾਦੀ ਆ ਮਾਮਾ ਅੱਤਵਾਦੀ ਆ ਬੱਚੇ ਛੋਟੇ ਛੋਟੇ ਬੱਚੇ 1-1 ਸਾਲ ਦੇ ਉਹ ਵੀ ਅੱਤਵਾਦੀ ਹੈਗੇ। ਕੀ ਕਹਿਣਾ ਚਾਹੁੰਦੇ ਇਸ ਗੱਲ ਤੇ ਅਸੀਂ ਇਹ ਦੁਕਾਨ ਚੰਦ ਸੀ ਕਿ ਸਾਨੂੰ ਮੋਦੀ ਸਰਕਾਰ ਅੱਤਵਾਦੀ ਕਹਿ ਰਹੀ ਹੈ ਪਰ ਅਸੀਂ ਇਹ ਅੱਤਵਾਦੀ ਅਸੀਂ ਮੋਦੀ ਸਰਕਾਰ ਕਹੀ ਅਸੀਂ ਬੈਨਰ ਤੇ ਲਿਖਿਆ ਪਰ ਜਦੋਂ ਅਸੀਂ ਆਪਣੇ ਦੇਸ਼ ਲਈ ਲੜਦੇ ਹਾਂ ਚਾਈਨਾ ਬਾਰਡਰ ਤੇ ਸਾਡੇ ਫੌਜੀ ਵੀ ਸ਼ਹੀਦ ਹੁੰਦੇ ਨੇ ਉਦੋਂ ਤਾਂ ਅਸੀਂ ਹੀਰੋ ਹੋ ਜਾਂਦੇ ਹਾਂ ਜਦੋਂ ਅਸੀਂ ਆਪਣੇ ਹੱਕਾਂ ਲਈ ਮੰਗ ਕਰਦੇ ਹਾਂ ਆਪਣੇ ਹੱਕਾਂ ਲਈ ਲੜਦੇ ਹਾਂ ਤਾਂ ਸਾਨੂੰ ਸਰਕਾਰ ਅੱਤਵਾਦੀ ਕਹਿ ਰਹੀ ਹੈ। ਬਿਲਕੁਲ ਬਿਲਕੁਲ ਅੱਛਾ ਦਿੱਲੀ ਦੇ ਵਿੱਚ ਆ ਕੇ ਕਹਿ ਦਿੰਦੇ ਵੀ ਦਿੱਲੀ 'ਚ ਨਾ ਕੁੜੀਆਂ ਸੇਫ ਨਹੀਂ ਹੁੰਦੀਆਂ ਕੁੜੀਆਂ ਤੇ ਦਿੱਲੀ 'ਚ ਰੇਪ ਹੋ ਜਾਂਦੇ ਨੇ ਜਾਂ ਕੁੜੀਆਂ ਵੱਲ ਝਾਕਿਆ ਗਲਤ ਜਾਂਦਾ ਹੈ ਆਹ ਦਿੱਲੀ ਦੇ ਵਿੱਚ ਤੁਸੀਂ ਬੈਠੋ ਚੱਲ ਖੈਰ ਇੱਥੇ ਤਾਂ ਸਾਡੇ ਪੰਜਾਬੀ ਬਹੁਤ ਨੇ ਇੱਥੇ ਲੱਗਿਆ ਕੋਈ ਤੁਹਾਨੂੰ ਅੱਤਵਾਦੀ ਜਾਂ ਇੱਥੇ ਲੱਗਿਆ ਤੁਹਾਨੂੰ ਗੱਦੀ ਨਿਗਾਹ ਨਾਲ ਵੇਖਣ ਵਾਲਾ ਸਾਰੇ ਆਪਣੀ ਧੀ ਵਾਂਗੂ ਕਹਿਣ ਵਾਲੇ ਮਿਲੇ ਕਿ ਕੋਈ ਐਂ ਬੁਰੀ ਅੱਖ ਵਾਲਾ ਵੀ ਮਿਲਿਆ? ਨੋ ਸਰ, ਇੱਦਾਂ ਦਾ ਕੁਛ ਵੀ ਨਹੀਂ ਸੀ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ। ਇਹ ਇਹਨਾਂ ਨਾਲ ਇੱਕ ਇਹਨਾਂ ਦੇ ਟੀਚਰ ਵੀ ਆਏ ਨੇ ਉਹਨਾਂ ਨਾਲ ਇੱਕ ਹੋਰ ਟੀਚਰ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਬਹੁਤ ਚੰਗਾ ਲੱਗਿਆ ਜੀ ਤੁਸੀਂ ਇਹਨਾਂ ਬੱਚਿਆਂ ਨੂੰ ਇੱਥੇ ਲੈ ਕੇ ਆਏ ਹੋ। ਬੱਚੀਆਂ ਕਹਿੰਦੀਆਂ ਸੀ ਆਪਣੇ ਟੀਚਰਸ ਨੂੰ ਰਿਕੁਐਸਟ ਕੀਤੀ ਤੇ ਪਹਿਲੀ ਰਿਕੁਐਸਟ ਹੀ ਤੁਸੀਂ ਮੰਨ ਲਈ, ਤੁਹਾਨੂੰ ਕਿਉਂ ਲੱਗਦਾ ਵੀ ਇਹਨਾਂ ਦਾ ਆਉਣਾ ਇੱਥੇ ਕਿਉਂ ਜ਼ਰੂਰੀ ਸੀ? ਸਰ, ਇਹਨਾਂ ਦੇ ਜਿਹੜਾ ਮਨ 'ਚ ਉਤਸ਼ਾਹ ਸੀਗਾ ਨਾ, ਇਹਨਾਂ ਨੂੰ ਸੋਚ ਸੀ ਭਵਿੱਖ ਨੂੰ ਲੈ ਕੇ, ਤਾਂ ਕਰਕੇ ਇਹਨਾਂ ਨੇ ਇੱਥੇ ਆਉਣਾ ਕਿਸਾਨ ਦੇ ਸਪੋਰਟ ਦੇ ਵਿੱਚ ਜ਼ਰੂਰੀ ਸਮਝਿਆ ਸੀ, ਤਾਂ ਕਰਕੇ ਬੱਚੇ ਆਏ। ਤੁਸੀਂ ਜਦੋਂ ਪਰਮੇਸ਼ਰ ਨਾਲ ਲਈਆਂ, ਕਈ ਵਾਰੀ ਇੱਕ ਅੱਧਾ ਬੰਦਾ ਅੜ ਜਾਂਦਾ, ਕੋਈ ਅੜਿਆ ਤਾਂ ਨਹੀਂ ਤੁਹਾਡੇ 'ਚੋਂ?
नहीं सर कोई नहीं अड़िया सी कोई हुंदा कई बारी किसे स्कूल नु चलाउण वाला मोदी भगत भी हुंदा कई बारी नहीं हो सर पर मेनू नहीं कोई नहीं मिलया सर ना ही मेनू किसे ने इनकार ये नहीं कहा कि साडा बच्चा जांदा नहीं अजे होर भी बच्चे बहुत ज्यादा आण नु कह रहे सीगे क्योंकि ओ लड़के मेरे खुद पिछे सामने खड़े है हुण ओ लड़के अपने आप आए ने पता नहीं किवें आए ने अपने मां-बाप ना मेनू ना पता पर लड़कियां नु मैं समझदा कि चलो मैं लेके जावां कि लोक डराई जांदे है दिल्ली दे विच ये है धरनियां दे विच ये है भी इन्हां दा मन है ना तू डर जिहड़ा चक्या सलूट है जी तुहानू सलाम है तुसीं इन्हां बच्चियां नु इत्थे लेके आए हो कोई भी कोई बच्चे कुछ होर गल कहनी चाहती होई गल नहीं ओपनली कुछ भी कहना थोड़े पेरेंट्स भी इतने ने टिकरी बॉर्डर से होने थोड़े पेरेंट्स ट्रैक्टर से आए हो पहला उन्होंने सब नु पता सारे पेरेंट्स की परमिशन से आई किसी किसी के मापे ने नहीं कहा भी नहीं जाना सारे के मापे ने कहा भी जाना किसी ने कुछ कहना हो ठीक है खुश हो इतने आके जित के जाओगे बहुत बहुत शुक्रिया बस सल्यूट है तुम्हें तो कुड़ियाँ इतने आई छोटी छोटी उम्र दियाँ सो दोस्तों तुम देख सकते हो इन्हें जज्बा इस लड़की की जो मैं उम्र देखनी हो कि छोटी उम्र के कहती है कि असी अतवादी नहीं हाँ असी अतवादी ना होने के सबूत दिंदी है सरकार नूं लानता पाउंदी है ते सरकार नूं दसदी है कि हाँ असी इत्थे अपने हक लैण दे लई बैठे हां ते हक लैके जावांगे।